की नाम ਤੁਹਾਡਾ ਜੀ? ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ। ਗੁਰਵਿੰਦਰ ਸਿੰਘ, ਅੱਜ ਤੁਸੀਂ ਧਰਨਾ ਲਾਇਆ ਹੈ, ਕਿੱਥੇ ਧਰਨਾ ਲਾਇਆ ਹੈ? ਉਹ ਧਰਨਾ ਇਸ ਮੁੱਦੇ ਪਰ ਲਗਿਆ ਹੋਇਆ ਜੀ। ਸਾਨੂੰ ਮੈਂ ਆਪਣੀ ਇੱਥੇ ਆਇਆ ਸੀ, ਮੇਰੀ ਮੇਰੀ ਇੰਟਰਵਿਊ ਲੱਗੀ, ਉਸ ਟਾਈਮ ਮੈਂ ਅਪਰੈਂਟਸ ਆਇਆ ਸੀ ਇੱਥੇ। ਆਈ ਟੀ ਆਈ ਮੇਰੀ ਬਿਲਡ ਹੋਈ, ਮੈਂ ਅਪਰੈਂਟਸ ਆਇਆ, ਮੇਰਾ ਸਾਲ ਅਪਰੈਂਟਸ ਦਾ ਲੱਗਿਆ। ਉਹ ਤੋਂ ਬਾਅਦ ਮੈਨੂੰ 20 ਦਿਨਾਂ ਬਾਅਦ ਬੁਲਾਇਆ ਗਿਆ ਸੀ। ਉਦੋਂ ਮੈਂ ਫਲੇਮ 'ਚ ਆਇਆ ਸੀਗਾ। ਫਲੇਮ ਸਕੀਮ ਹੈ ਨਾ, ਜਿਹੜੀ ਕਿ 6 ਮਹੀਨੇ ਰੈਗੂਲਰ ਚੱਲਦੀ ਹੈ। ਉਹ ਤੋਂ ਬਾਅਦ ਇਹ 3 ਮਹੀਨੇ ਦੀ ਬ੍ਰੇਕ ਪਾ ਦਿੰਦੇ ਹੈ, 3 ਮਹੀਨੇ ਬਾਅਦ ਸਾਨੂੰ ਬੁਲਾਇਆ ਜਾਂਦਾ ਫਿਰ ਦੁਬਾਰੇ। ਕਦੇ ਹੁੰਦਾ ਵੀ ਬੁਲਾਇਆ ਵੀ ਜਾਂਦਾ, ਕਦੇ ਹੁੰਦਾ ਨਹੀਂ ਵੀ ਬੁਲਾਇਆ ਜਾਂਦਾ। ਜੇ ਬੁਲਾਇਆ ਜਾਂਦਾ ਤਾਂ ਉਹ ਦੁਬਾਰੇ ਫਿਰ ਸਕੀਮ ਚੱਲਦੀ ਹੈ, ਉਹ ਵੀ ਫਲੇਮ 'ਚ ਦੁਬਾਰੇ ਪਾ ਦਿੰਦੇ ਆ, ਫਿਰ 6 ਮਹੀਨੇ ਲਾਉਂਦੇ ਆ, ਫਿਰ ਬ੍ਰੇਕ ਪੈਂਦੀ ਹੈ, ਫਿਰ ਦੁਬਾਰੇ ਦੁਬਾਰੇ ਐਵੇਂ ਬੁਲਾਈ ਜਾਂਦੇ ਆ। ਅੱਗੇ ਕੋਈ ਨਵੀਂ ਸਕੀਮ ਹੈਗੀ ਹੈ, ਜਿਹੜੀ ਨੀਮ ਸਕੀਮ ਹੈਗੀ ਹੈ, 3 ਸਾਲ ਦੀ ਆ ਉਹ। ਉਹ ਤੋਂ ਬਾਅਦ 6 ਮਹੀਨੇ ਟ੍ਰੇਨਿੰਗ ਹੁੰਦੀ ਹੈ, ਫਿਰ FT ਆਉਂਦੀ ਹੈ, FT 2 ਸਾਲ ਦੀ ਹੈ। ਉਹ ਤੋਂ ਬਾਅਦ ਸਾਡਾ ਐਗਰੀਮੈਂਟ ਲੱਗਦਾ, ਜਿਹਦੇ ਮੁੱਦੇ ਪੱਕੇ ਹੁੰਦੇ ਆ ਜੀ। ਹਾਲਾਂਕਿ ਸਾਡੇ ਨਾਲ ਤੁਹਾਨੂੰ ਕੁਛ ਨਹੀਂ ਹੁੰਦਾ ਹੈਗਾ, ਸਾਡੇ ਨਾਲ ਇੱਕ ਇਸ ਚੀਜ਼ 'ਤੇ ਧੱਕਾ ਹੋ ਰਿਹਾ। ਸਾਨੂੰ ਰੈਗੂਲਰ ਵਾਰ ਵਾਰ ਇੱਕੇ ਸਕੀਮ 'ਚ ਪਾਇਆ ਜਾਂਦਾ, ਜਿਹਦੇ ਕਰਕੇ ਸਾਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ, ਸਾਡੇ ਨਾਲ ਧੱਕਾ ਹੋ ਰਿਹਾ। ਅਤੇ ਅਸੀਂ ਇਹ ਨਹੀਂ ਜਾਂਦੇ ਵੀ ਅਸੀਂ ਵਾਰ ਵਾਰ ਇਹ ਚੀਜ਼ ਰਹੀ ਹੈ, ਸਾਰੀ ਜ਼ਿੰਦਗੀ ਅਸੀਂ ਫਲੇਮ 'ਚ ਨਹੀਂ ਕੱਢਣਾ ਜਾਂਦੇ ਹੈਗੇ। ਸਾਨੂੰ ਵਾਰ ਵਾਰ ਇਹ ਚੀਜ਼ ਬੁਲਾਇਆ ਜਾ ਰਿਹਾ ਅੰਦਰ, ਸਾਡੇ ਨਾਲ ਜੋ ਵੀ ਕੰਮ ਕਰਾਉਂਦੇ ਆ ਇਹ। ਇਹ ਨਹੀਂ ਹੁੰਦਾ ਵੀ ਅਸੀਂ ਜੋ ਵੀ ITI ਦੇ ਥਰੂ ਆਏ ਹਾਂ, ਜਿਵੇਂ ਮੈਂ ਬੈਲਡਰ ਆਇਆ, ਕੋਈ ਫਿਟਰ ਆਇਆ, ਕੋਈ ਟਰਨਰ ਆਇਆ, ਉਹ ਤੋਂ ਉਹਦਾ ਹੀ ਕੰਮ ਕਰਾਇਆ ਜਾਂਦਾ। ਨਹੀਂ, ਉਹ ਤੋਂ ਉਹਦਾ ਕੰਮ ਨਹੀਂ ਕਰਾਇਆ ਜਾਂਦਾ, ਲਗਾਤਾਰ ਨਹੀਂ ਕਰਾਇਆ ਜਾਂਦਾ। ਜਦੋਂ ਉਹਨਾਂ ਦਾ ਜੀ ਕਰਦਾ ਉਹ ਹੈਲਪਰੀ ਦੇ ਲਾ ਦਿੰਦੇ ਆ, ਜਦੋਂ ਉਹਨਾਂ ਜੀ ਲਗਾਤਾ ਵੀ ਉਹ ITI ਦੇ ਥਰੂ ਲਾ ਲੈਣ, ਜਿਵੇਂ ਹੀ ਸਾਡੀ ਸਾਡਾ ਜੋ ਕਰਿਆ ਹੋਇਆ ਉਹਦੇ ਲਈ। ਪਰ ਸਾਨੂੰ ਜਿਹੜੀ ਜਾਇ ਮੰਗ ਹੈ ਸਾਡੀ, ਵੀ ਸਾਡੀ ਨਾ ਤਾਂ ਤਨਖਾਹ ਵਧਾਈ ਜਾਂਦੀ ਹੈ, ਨਾ ਸਾਨੂੰ ਕੋਈ ਛੁੱਟੀ ਹੈ। ਜੇ ਸਾਨੂੰ ਕੋਈ ਐਮਰਜੈਂਸੀ ਛੁੱਟੀ ਚਾਹੀਦੀ ਹੁੰਦੀ ਹੈ, ਉਹਦੇ ਵਾਸਤੇ ਸਾਨੂੰ ਇੱਕ ਫੋਨ ਕਰਨਾ ਪੈਂਦਾ ਹੁਣ। ਜੇ ਉਹ ਕਹਿਣਗੇ ਤੁਸੀਂ ਨਾ ਆਇਓ ਤਾਂ ਹੋ ਸਕਦਾ, ਜੇ ਉਹਨਾਂ ਨੇ ਕਹਿ ਦਿੱਤਾ ਵੀ ਤੁਸੀਂ ਆਇਓ ਫਿਰ ਅਸੀਂ ਆਉਣਾ ਪੈਂਦਾ, ਸਾਨੂੰ ਮਤਲਬ ਸਾਡੀ ਕੋਈ ਮਜ਼ਬੂਰੀ ਨਹੀਂ ਸਮਝਦੇ। ਜੇ ਅਸੀਂ ਬਿਮਾਰ ਸਮਾਰ ਵੀ ਹਾਂ ਤਾਂ ਸਾਨੂੰ ਕੋਈ ਇਹ ਨਹੀਂ ਹੈਗਾ ਵੀ ਉਹ ਕਹਿ ਦੇਣਗੇ ਤੁਸੀਂ ਛੁੱਟੀ ਕਰ ਲਓ, ਨਹੀਂ, ਉਹ ਸਾਨੂੰ ਬੁਲਾਉਣਗੇ। ਜੇ ਅਸੀਂ ਨਹੀਂ ਆਉਂਦੇ ਤਾਂ ਸਾਡੀ ਡਬਲ ਦਿਹਾੜੀ ਕੱਟੀ ਜਾਂਦੀ ਹੈ। ਤੁਸੀਂ ਆਪ ਦੱਸੋ ਰੇਟ ਹੈ, ਉਹ ਡੀਸੀ ਰੇਟ ਕੀ ਹੈ ਤੁਹਾਡੀ ਜੇ ਤਨਖਾਹ ਜੇ ਆਪਾਂ ਗੱਲ ਕਰੀਏ?